ਹੁੰਦਾ ਹੈ ਸਿਰਫ 500 ਬੱਚੇ ਦਾ ਟਾਰਗੇਟ ਲੈ ਕੇ ਇਹ ਸੰਸਥਾ ਚੱਲੀ ਸੀ ਕਿ 500 ਬੱਚਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਇਹ ਬੜੀ ਵੱਡੀ ਪ੍ਰਾਪਤੀ ਹੋਈ ਗੁਰੂ ਪਿਆਰੇ ਉਹ ਆਪ ਨੂੰ ਜਾਣ ਕੇ ਹੈਰਾਨੀ ਹੋਏ ਨਹੀਂ ਸਾਰੇ ਜਾਣਦੇ ਨਹੀਂ ਉਹ ਕਿ 1.5 ਲੱਖ ਤੋਂ ਵੱਧ ਬੱਚੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਔਰ ਸਾਡੀ ਕੌਮ ਨੇ ਜਿਸ ਪਾਸੇ ਵੱਲ ਮੁੱਖ ਕੀਤਾ ਮੈਂ ਤੇ ਇਹ ਚੀਜ਼ ਕਹਾਂਗਾ ਜਿਸ ਪਾਸੇ ਵੱਲ ਚੱਲੀ ਹੈ ਉਹ ਫਤਿਹ ਹਾਸਲ ਕੀਤੀ ਲੰਗਰ ਦਾ ਟਾਈਮ ਸੀ ਸਾਡੀ ਕੌਮ ਨੇ ਕਿੰਨੇ ਲੰਗਰ ਲਗਾਏ ਅੱਜ ਵੀ ਲੱਗ ਰਹੇ ਨੇ ਸ਼ਹੀਦੀਆਂ ਦੀ ਵਾਰੀ ਆਈ ਸਾਡੀ ਕੌਮ ਨੇ ਕਿੰਨੀਆਂ ਸ਼ਹੀਦੀਆਂ ਪਾਈਆਂ ਫਿਰ ਗੁਰਬਾਣੀ ਆਪ ਪੜ੍ਹਨ ਦੀ ਗੱਲ ਸ਼ੁਰੂ ਹੋਈ ਤੇ ਹਰ ਇੱਕ ਸੰਸਥਾ ਲਗਭਗ 90% ਸੰਸਥਾਵਾਂ ਜਿਹੜੀਆਂ ਨੇ ਉਹ ਬਾਣੀ ਆਪ ਪੜ੍ਹਨ ਦੀ ਗੱਲ ਕਰ ਰਹੀਆਂ ਸੋ ਇਸ ਵੇਲੇ ਜੋ ਵਕਤ ਹੈ ਉਹ ਐਜੂਕੇਸ਼ਨ ਦਾ ਪਾਤਸ਼ਾਹ ਗੁਰਬਾਣੀ ਫਰਮਾਨ ਕਰਦੇ ਨੇ ਗਿਆਨ ਖੜਿਗ ਲੈ ਮਨ ਸਿਉਂ ਲੁਕੈ ਗਿਆਨ ਦਾ ਖੰਡਾ ਸੋ ਮਲਟੀਪਲਿਸਿਟੀ ਰਾਹੀਂ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਵੀ ਆਰ ਵਰਕਿੰਗ ਔਨ ਟੂ ਮੇਜਰ ਥਿੰਗਸ ਗੁਰਮਤ ਐਂਡ ਐਜੂਕੇਸ਼ਨ ਜੀ ਜਸਵਿੰਦਰ ਸਿੰਘ ਜੀ ਬੈਠੇ ਹੋਏ ਨੇ ਆਪਾਂ ਇੱਥੇ ਮੈਂ ਪਹਿਲੇ ਵੀ ਉੱਥੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਕਨਸੈਪਟ ਦਿੱਤਾ 1.25 ਲੱਖ ਸੇ ਏਕ ਲੜਾਓ ਕੀ ਕਨਸੈਪਟ ਸੀ ਗੁਰੂ ਸਾਹਿਬ ਨੇ ਸੋਚ ਵੱਡੀ ਕੀਤੀ ਸਾਡੇ ਅੰਦਰ ਸਪਿਰਿਟ ਆਉਣੀ ਭਰ ਸੋ ਉਸ ਸੋਚ ਦੇ ਨਾਲ ਜੇ ਅਸੀਂ ਚੱਲੀਏ ਤੇ ਸਾਨੂੰ ਇਹ ਦੇਖਣ ਦੀ ਲੋੜ ਨਹੀਂ ਹੈ ਕਿਹੜੀ ਸੰਸਥਾ ਕੀ ਕੰਮ ਕਰ ਰਹੀ ਹੈ ਕਿਹੜੀ ਕੀ ਨਹੀਂ ਕਰ ਰਹੀ ਸਵਾਲ ਸਿਰਫ ਆਪਣੇ ਆਪ ਦੇ ਕਰ ਲਈਏ ਕਿ ਅਸੀਂ ਕਿੰਨਾ ਕੁ ਕਰ ਰਹੇ ਹਾਂ ਜੇ ਸਿਰਫ ਇੱਕ ਵੀਰ ਜਸਵਿੰਦਰ ਸਿੰਘ ਜੀ